ਪ੍ਰਧਾਨ ਮੰਤਰੀ ਉਜਲਾ ਯੋਜਨਾ ਦਾ ਮੰਤਵ ਤੇਜ਼ ਤੇ ਸਮੁੱਚੇ ਘਰਾਂ ਵਿੱਚ LPG ਕਨੈਕਸ਼ਨ ਪਹੁੰਚਾਉਣਾ ਅਤੇ ਪਿੰਡੂ ਗ੍ਰਹਿਣੀਆਂ ਦੇ ਘਰਾਂ ਨੂੰ ਧੂਆਮੁਕਤ ਕਰਨਾ ਹੈ। ਕੇਂਦਰ ਸਰਕਾਰ ਵੱਲੋਂ ਗਰੀਬਾਂ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਵਿੱਚੋਂ ਉਜਲਾ ਯੋਜਨਾ ਸਭ ਤੋਂ ਵੱਡੀ ਅਤੇ ਨਵੇਕਲੀ ਕੋਸ਼ਿਸ਼ ਹੈ। ਜਿਸ ਦੇ ਹੱਥ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਘਟੋ-ਘਟ ਪੰਜ ਕਰੋੜ ਪਰਿਵਾਰਾਂ ਤੱਕ ਗੈਸ ਕਨੈਕਸ਼ਨ ਪਹੁੰਚਾਉਣ ਦਾ ਸਿਰਦ ਯਤਨ ਕਰ ਰਹੀ ਹੈ। ਸਮਾਜਿਕ ਅਤੇ ਆਰਥਿਕ ਜਨਗਣਨਾ 2011 ਮੁਤਾਬਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀਆਂ ਯੋਗ ਲਾਭਪਾਤਰੀ ਮਹਿਲਾ ਲਾਮ ਲਈ ਸ਼ੁਰੂ ਕੀਤੀ ਇਸ ਸਕੀਮ ਤਹਿਤ ਘਰਦਿਆਂ ਗ੍ਰਹਿਣੀਆਂ ਦੇ ਨਾਮ ਤੇ ਕਨੈਕਸ਼ਨ ਦਿੱਤੇ ਜਾ ਰਹੇ ਨੇ स्वच्छ ईंधन ਬਿਹਤਰ ਜੀਵਨ ਇਸ ਨਾਅਰੇ ਨਾਲ ਕੇਂਦਰ ਸਰਕਾਰ ਨੇ 1 ਮਈ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਮਾਜਿਕ ਕਲਿਆਣ ਯੋਜਨਾ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਇਹ ਯੋਜਨਾ ਇੱਕ ਧੂਆ ਰਹਿਤ ਗ੍ਰਾਮੀਣ ਭਾਰਤ ਦਾ ਸੁਪਨਾ ਸੀ ਜਸਨਾਲ ਸਿਹਤ ਸੰਬੰਧੀ ਵਕਕਾਰਾਂ ਹਵਾ ਪ੍ਰਦੂਸ਼ਣ ਅਤੇ ਜੰਗਲਾਂ ਦੀ ਕਟਾਈ ਨੂੰ ਘਟ ਕਰਨ ਵਿੱਚ ਮਦਦ ਮਿਲ ਰਹੀ ਹੈ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਚਾਲੂ ਮਾਲੀ ਸਾਲ ਦੌਰਾਨ 52870 ਮਹਿਲਾ ਲਾਭਪਾਤਰੀਆਂ ਨੇ ਸਰਕਾਰ ਵੱਲੋਂ ਮਿਲੀ ਇਸ ਸਹੂਲਤ ਦਾ ਲਾਹਾ ਲਿਆ ਹੁਣ ਤੱਕ ਇਸ ਜ਼ਿਲ੍ਹੇ ਵਿੱਚ ਕੁੱਲ 216701 ਪਰਿਵਾਰਾਂ skim ਦਾ ਲਾਹਾ ਲੈ ਚੁੱਕੇ ਨੇ ਉਜਵਲਾ ਯੋਜਨਾ ਦੇ ਨੋਡਲ ਅਫਸਰ ਨੇ ਦੱਸਿਆ ਕਿ ਹੁਣ ਤੱਕ ਇਸ ਯੋਜਨਾ ਤਹਿਤ ਮੋਗਾ ਜ਼ਿਲ੍ਹੇ ਦੇ ਸਾਰੇ 231 ਪਿੰਡਾਂ ਦੀਆਂ ਯੋਗ ਲਾਭਪਾਤਰੀ ਮਹਿਲਾਵਾਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਅਤੇ ਉਹ ਹੁਣ ਧੂਆਮੁਕਤ ਰਸੋਈ ਚ ਬਾਲਣ ਦੀ ਥਾਂ ਗੈਸ ਚੁੱਲਿਆਂ ਤੇ ਖਾਣਾ ਬਣਾਉਂਦੀਆਂ ਨੇ ਇੱਕ ਲਾਪਾਤਰੀ ਜੋਤਨੀ ਦੱਸਿਆ ਕਿ ਉਹਨਾਂ ਨੂੰ ਗੈਸ ਕਨੈਕਸ਼ਨ ਦੀ ਕਾਪੀ ਸਿਲੰਡਰ ਰੈਗੂਲੇਟਰ ਅਤੇ ਪਾਈਪ ਮੁਫਤ ਦਿੱਤੇ ਗਏ ਇਸੇ ਤਰ੍ਹਾਂ ਕੋਟੀ ਸੇਖਾਂ ਦੀ ਲਾਪਾਤਰੀ ਤਮੰਨਾ ਨੇ ਪ੍ਰਸਾਰ ਭਾਰਤੀ ਦੀ ਪ੍ਰਤੀਨਿਧੀ ਊਸ਼ਾ ਕੌਰ ਜਸ਼ਨ ਨੂੰ ਦੱਸਿਆ ਕਿ ਪਹਿਲਾਂ ਉਹ ਚੁੱਲਿਆਂ ਤੇ ਖਾਣਾ ਬਣਾਉਂਦੀਆਂ ਸਨ ਜਿਸ ਕਾਰਨ ਉਹਨਾਂ ਦੇ ਬੱਚੇ ਪਰੇਸ਼ਾਨ ਹੁੰਦੇ ਸਨ ਪਰ ਹੁਣ ਉਹਨਾਂ ਦਾ ਜੀਵਨ ਸੁਖਾਲਾ ਹੋ ਗਿਆ ਹੈ ਕੋਟੀ ਸੇਖਾਂ ਦੀ ਤਮੰਨਾ ਨੇ ਵੀ ਮੁਫਤ ਸਿਲੰਡਰ ਦੀ ਸਹੂਲਤ ਤੇ ਖੁਸ਼ੀ ਜ਼ਾਹਿਰ ਕੀਤੀ ਮੋਦੀ ਜੀ ਵੱਲੋਂ ਸਾਨੂੰ ਫ੍ਰੀ ਵਾਲਾ ਕਨੈਕਸ਼ਨ ਮਿਲਿਆ ਵਾ ਜਿਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਲਾਭ ਹੋਇਆ ਪਹਿਲਾਂ ਬਾਰਿਸ਼ ਹੁੰਦੀ ਸੀ ਤਾਂ ਅਸੀਂ ਗਿੱਲਾ ਬਾਲਣ ਮਿਲਦਾ ਸੀ ਸਾਨੂੰ ਜਿਹਦੇ ਕਰਕੇ ਬਹੁਤ ਦਿੱਕਤਾਂ ਆਉਂਦੀ ਸੀਗੀ ਹੁਣ ਸਾਨੂੰ ਗੈਸ ਕਨੈਕਸ਼ਨ ਮਿਲਣ ਨਾਲ ਅਸੀਂ ਖਾਣਾ ਟਾਈਮ 'ਤੇ ਬਣਾ ਲੈਨੇ ਆ ਬੱਚੇ ਟਾਈਮ 'ਤੇ ਸਕੂਲ ਜਾਂਦੇ ਆ ਐਸੀ ਮੋਦੀ ਜੀ ਦਾ ਧੰਨਵਾਦ ਕਰਦੇ ਆ